ਕਰ ਦੋਵੇਂ ਪਹੁੰਚ ਤੇ ਗਏ ਨਾ ਯਾਰ ਬੜਾ ਵੱਡਾ ਘਰ ਏ ਚੌਧਰੀ ਦਾ ਹਾਂ ਤੇ ਨਾਂ ਵੀ ਤੇ ਵੇਖਣਾ ਚੌਧਰੀ ਸ਼ਮਸ਼ੇਰ ਆ ਜਿਹੜਾ ਚੋਲਾ ਦਰਵਾਜ਼ਾ ਨਾ ਐਡੀ ਚੋਲੀ ਛਾਤੀ ਹੋਣੀ ਉਹਦੀ ਮੇਰਾ ਖਿਆਲ 1500 ਕਮਰਾ ਛੱਡ ਕੇ ਪਿੱਛੇ ਕਿਤੇ ਘੋੜਿਆਂ ਤੇ ਹਾਥੀਆਂ ਤੇ ਚੌਧਰੀ ਬੈਠਾ ਹੋਣਾ ਕਰਕੇ ਉਹ ਕੋਠੀਆਂ 'ਚ ਘੋੜੇ ਹਾਥੀ ਨਹੀਂ ਹੁੰਦੇ ਮੇਰੇ ਅੰਦਾਜ਼ੇ ਨਾਲ ਤੇ ਇੱਕ ਚੋਰੀ ਸਵੀਮਿੰਗ ਪੂਲ ਦੇ ਵਿੱਚ ਇੰਜ ਕਰਕੇ ਲੰਮਾ ਪਿਆ ਹੋਣਾ 8-9 ਗੋਰੀਆਂ ਬਾਹਰ ਖਲੋਤੀਆਂ ਤੌਲੀਆ ਲੈ ਕੇ ਕਿ ਚੌਰੀ ਬਾਹਰ ਆਵੇ ਅਸੀਂ ਇਹਨੂੰ ਸੁਕਾ ਦਈਏ ਯਾਰ ਚੌਧਰੀ ਬਾਹਰ ਕਿਉਂ ਨਹੀਂ ਆਉਣ ਦੇ ਪਾਗਲ ਹੋ ਗਏ ਚੌਰੀ ਨੇ ਆਪ ਆਉਣਾ ਇਸ ਕੰਮ ਲਈ ਅਗਲੇ ਨੌਕਰ ਰੱਖੇ ਹੁੰਦੇ ਨੇ ਓਏ ਤੇ ਓਈ ਨੇ ਉਹ ਕਿਧਰੇ ਮੈਨੂੰ ਗਾਲਾਂ ਕੱਢਣ ਤੇ ਨਹੀਂ ਆਏ ਕੀ ਗੱਲ ਏ ਵਾਟਸ ਹੈਪਨਿੰਗ ਵਿਦ ਯੂ ਨਾਕੇ ਕੇ ਕਿੱਲ ਲਵਾਇਆ ਈ ਬੇਟਾ ਸ਼ੁਕਰ ਕਰ ਤੇਰਾ ਹੱਥ ਨਹੀਂ ਪਾਟ ਗਿਆ ਭਾਜੀ ਇਹ ਨੱਕ ਬਾਅਦ ਚ ਲਵਾਇਆ ਜੇ ਉਹ ਚੋਰੀ ਨੂੰ ਭੇਜ ਓਏ ਕੀ ਗੱਲ ਏ ਤਮੀਜ਼ ਕਰ ਇਸ ਤਰ੍ਹਾਂ ਨਹੀਂ ਕਹੀਦਾ ਹੁੰਦਾ ਚੱਲ ਚੋਰੀ ਨੂੰ ਬੁਲਾ ਇਹੋ ਜਿਹਾ ਬੰਦਾ ਇੰਨਾ ਕੋਈ ਫਿਰ ਕੇ ਕਹਿੰਦਾ ਹੁੰਦਾ ਬਹੁਤ ਫਿਰਿਆ ਯਾਰ ਚੌਧਰੀ ਨਹੀਂ ਲੱਭਾ ਚੌਧਰੀ ਨੂੰ ਭੇਜ ਮੈਂ ਹੀ ਚੌਧਰੀ ਆ ਉਹ ਤੂੰ ਤੇ ਕਹਿੰਦਾ ਕਿ ਬੂਹੇ ਜਿੱਡੀ ਚੌੜੀ ਛਾਤੀ ਹੋਏਗੀ ਇਹ ਚੌਧਰੀ ਤੇ ਦਰਵਾਜ਼ਾ ਬੰਦ ਵੀ ਹੋਏ ਤੇ ਥੱਲਿਓਂ ਦੀ ਆ ਜਾਂਦਾ ਹੁਣ ਚੌਰੀ ਸ਼ਮਸ਼ੇਰ ਨੂੰ ਬੁਲਾ ਤੇ ਐ ਲੈ ਲੈ ਮੈਂ ਹੀ ਆ ਚੌਧਰੀ ਬੁਲਾਣਾ ਹੀ ਆ ਮੈਂ ਤੇਰੀ ਸ਼ਿਕਾਇਤ ਲਾਵਾਂ ਕਿ ਤੁਹਾਡਾ ਨੌਕਰ ਕਹਿੰਦਾ ਮੈਂ ਚੌਧਰੀ ਆ ਲਾਓ ਸ਼ਿਕਾਇਤ ਚੌਰੀ ਸ਼ਮਸ਼ੇਰ ਜੀ ਉਹ ਮੈਂ ਹੀ ਆ ਚੌਧਰੀ ਸ਼ਮਸ਼ੇਰ ਫਰੋਮ UK ਚੌਧਰੀ ਵੇਖ ਲੋ ਓਏ ਉੱਕੇ ਚ ਮਾਰ ਵਾਲੀ ਸੀ ਚੌਰੀ ਨੂੰ ਬੁਲਾ ਓ ਕੁੰਡੀ ਲਾ ਕੇ ਵਿੱਚ ਫਸਾਉਣ ਵਾਲੀ ਕਿੱਲੀ ਚੌਧਰੀ ਨੂੰ ਬੁਲਾ ਆਪਣੀ ਸ਼ਕਲ ਵੇਖੀਏ ਬਿੱਲੀ ਘੁਮਾ ਕੇ ਕੰਧ ਚ ਮਾਰੀ ਹੁੰਦੀ ਹੈ ਚੌਰੀ ਨੂੰ ਬੁਲਾ ਓ ਨਾਲੇ ਪੌਣੀ ਵਰਗੀ ਤੇਰੀ ਸ਼ਕਲ ਏ ਚੌਧਰੀ ਨੂੰ ਬੁਲਾ ਓ ਪਛਾਣ ਦਿਓ ਕਿ ਮੈਂ ਜਾਵਾਂ ਚੌਧਰੀ ਸ਼ਮਸ਼ੇਰ ਚੌਧਰੀ ਸ਼ਮਸ਼ੇਰ ਯੈਸ ਤੁਸੀਂ ਜਦੋਂ ਆਏ ਸੀ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਤੁਸੀਂ ਚੌਰੀ ਹੋ ਇੰਨਾ ਨੂਰਾਨੀ ਚਿਹਰਾ ਕਿਸੇ ਦਾ ਹੋ ਹੀ ਨਹੀਂ ਸਕਦਾ ਤੁਹਾਡੇ ਚਿਹਰੇ ਤੋਂ ਲੱਗਦਾ ਕਿ UK 'ਚ ਫੈਸਲੇ ਤੁਸੀਂ ਕਰਦੇ ਹੋਵੋਗੇ ਮਾਸ਼ਾਅੱਲਾ ਚੌਰੀ ਸਾਹਿਬ ਤੁਹਾਡਾ ਛੋਟਾ ਹੈ ਨਾਕੇਗਾ ਇਹ ਵੱਡਾ ਹੋਣਾ ਚਾਹੀਦਾ ਸੀ ਅਸਲ ਮੁੱਦੇ ਤੇ ਆਓ ਮੈਂ ਸ਼ੇਖ ਵਸੀਮ ਦਾ ਪੁੱਤਰ ਹਾਂ ਜੀ ਲਾਹੌਰ ਤੋਂ ਓਏ ਤੂੰ ਸ਼ੇਖ ਵਸੀਮ ਦਾ ਮੁੰਡਾ ਹੈ ਜੀ ਚੌਰੀ ਸਾਹਿਬ ਸ਼ੇਖ ਵਸੀਮ ਦਾ ਬੇਟਾ ਹੈ ਤੂੰ ਜੀ ਚੌਰੀ ਸਾਹਿਬ ਚੌਰੀ ਸਾਹਿਬ ਮੈਂ ਸਿਰਫ ਰਿਹਾਇਸ਼ ਲੈਣੀ ਹੈ ਮੈਂ ਇਦਾਂ ਦਾ ਨਹੀਂ ਜੀ ਮੇਰਾ ਨਾ ਬੂਟਾ ਕਿਹੜਾ ਬੂਟਾ ਹੈ ਜਿਹਦੇ ਤੇ ਇੱਕ ਪੱਤਰ ਵੀ ਨਹੀਂ ਚੌਰੀ ਸਾਹਿਬ ਇਹ ਗੋਂਗਲੋ ਦਾ ਬੂਟਾ ਹੈਗਾ ਪੱਤੇ ਤੇ ਝੜ ਗਏ ਨੇ ਜਿਹੜਾ ਗੋਂਗਲੋ ਪੱਕਿਆ ਸੀ ਨਾ ਅਸੀਂ ਨਾਲ ਲੈ ਕੇ ਆਏ ਵੈਸੇ ਮੇਰਾ ਯਾਰ ਏ ਇਹ ਜੀ ਸ਼ਕਲੂ ਤਾਂ ਚੋਰ ਲੱਗਦਾ ਹੈ ਤਬਰੇਜ਼ ਮੈਂ ਚੋਰ ਹਾਂ ਹਾਂਜੀ ਤੂੰ ਲੱਗਦਾ ਹੈ ਤੇ ਉਹ ਕਹਿ ਰਹੇ ਨੇ ਨਾ ਨਹੀਂ 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 ਐਸੀ ਗੱਲ ਨਹੀਂ ਹੈ ਉਹ ਮੈਨੂੰ ਤੇਰੇ ਵਾਲਦ ਸਾਹਿਬ ਨੇ ਦੱਸਿਆ ਸੀ ਅੱਛਾ ਉੱਥੇ ਤੂੰ ਰੌਲਾ ਪਾਇਆ ਇੱਥੇ ਤੇਰੇ ਪਿਓ ਨੇ ਰੌਲਾ ਪਾਇਆ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਉਹ ਗਾਲਾਂ ਨਾ ਕੱਢ ਮੈਨੂੰ ਇਹਦੇ ਵਾਲਦ ਸਾਹਿਬ ਨੇ ਫੋਨ ਕਰਕੇ ਦੱਸਿਆ ਕਿ ਇਹ ਤੇ ਇਹਦਾ ਯਾਰ ਇੱਥੇ ਮੇਰੇ ਕੋਲ ਰਹਿਣ ਵਾਸਤੇ ਆ ਰਹੇ ਨੇ ਅੱਛਾ ਚੋਈ ਸਾਹਿਬ ਇਹ ਇੱਥੇ ਸੋਨੇ ਨਹੀਂ 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 ਕੋਈ ਲੇਡੀਜ਼ ਕੱਪੜੇ ਚੇਂਜ ਕਰ ਰਹੀ ਨਥਿੰਗ ਮੇਰਾ ਖਿਆਲ ਅੰਦਰ ਕੁੱਤਾ ਖੁੱਲਾ ਹੈ ਬਿਲਕੁਲ ਨਹੀਂ ਤੇ ਫਿਰ ਸਾਨੂੰ ਅੰਦਰ ਕਿਉਂ ਨਹੀਂ ਖੜਦੇ ਅਸਰ ਚ ਨਾ ਮੈਨੂੰ ਤੁਹਾਡੇ ਆਉਣ ਦੀ ਏਡੀ ਖੁਸ਼ੀ ਸੀ ਅੱਛਾ ਜੀ ਕਿ ਬਿਲਕੁਲ ਬੌਰਾ ਹੋ ਗਿਆ ਆਓ ਤੁਸੀਂ ਅੱਗੇ ਆਓ ਮੈਨੂੰ ਇਹ ਸ਼ਕਲੋਂ ਅੱਛਾ ਨਹੀਂ ਲੱਗਦਾ ਤੁਸੀਂ ਮੈਨੂੰ ਦੋਵੇਂ ਅੱਛਾ ਲੱਗੇ ਲੱਗ ਗਿਆ